ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਸਾਰਾ ਸੰਸਾਰ ਮਹਾਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ। ਇਸ ਸੰਕਟ ਵਿਚ ਗਰੀਬ ਪਰਿਵਾਰਾਂ ਨੂੰ ਆ ਰਹੀ ਰੋਟੀ ਦਾਲ ਦੀ ਸਮੱਸਿਆ ਨੂੰ ਸਮਝਦੇ ਹੋਏ ਅਸੀਂ ਤੁਹਾਡੇ ਲਈ ਦਾਲ ਰੋਟੀ ਲੈ ਕੇ ਪਹੁੰਚੇ ਹਾਂ। ਸੇਵਾਦਾਰ ਵੀਰ ਖਾਏ ਤੁਹਾਡੇ ਗੇਟਾਂ ਵਿਚ ਤੁਹਾਡੇ ਭਾਂਡਿਆਂ ਵਿਚ ਦਾਲ ਰੋਟੀ ਪਾ ਕੇ ਜਾਣਗੇ। ਕਿਸੇ ਨੇ ਰੋਟੀ ਲੈਣ ਲਈ ਬਾਹਰ ਨਹੀਂ ਆਉਣਾ। ਅਸੀਂ ਨਾਲ ਹੀ ਸਾਰੇ ਅੱਗੇ ਆ ਸਾਰੇ ਪਰਿਵਾਰਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਦਾਲ ਸਾਡੇ ਫਰਜ਼ ਲੋੜਵੰਦ ਹੀ ਪਰਿਵਾਰ ਲੈਣ ਤਾਂ ਜੋ ਇਸ ਸੰਕਟ ਦੀ ਘੜੀ ਵਿਚ ਸਾਰਿਆਂ ਦੇ ਮੂੰਹ ਵਿਚ ਰੋਟੀ ਪੈ ਸਕੇ, ਕੋਈ ਪਰਿਵਾਰ ਭੁੱਖਾ ਨਾ ਖਾਵੇ, ਤਾਂ ਜੋ ਸਾਡੇ ਕਿਸੇ ਲੋੜਵੰਦ ਦੇ ਮੂੰਹ ਵਿਚ ਪੈ ਸਕੇ, ਤਾਂ ਕਿ ਇਸ ਸੰਕਟ ਦੇ ਵਿਚ ਇੱਕ ਦੂਜੇ ਨਾਲ ਮੋਢੇ ਨਾਲ ਮੋਢੇ ਲੱਗ ਕੇ ਖੜਾ ਹੋਣਾ ਹੀ ਬਹੁਤ ਹੀ ਵੱਡਾ ਪੁੰਨ ਹੈ। ਸਾਰੇ ਵੀਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਾਂ ਇੱਕ ਦੂਜੇ ਦਾ ਸਾਥ ਦੇਣਾ, ਸਹਿਯੋਗ ਦੇਣਾ, ਤਾਂ ਜੋ ਹਰ ਇੱਕ ਪਰਿਵਾਰ ਨੂੰ ਰੋਟੀ ਮਿਲ ਸਕੇ, ਕੋਈ ਪਰਿਵਾਰ ਭੁੱਖਾ ਨਾ ਸੋਵੇ। ਸਾਡੇ ਬਹੁਤ ਹੀ ਸੇਵਾਦਾਰ ਵੀ ਜਿੰਨੇ ਅਸੀਂ ਸਾਰੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਧੀਰ ਬਿੰਦੇ ਸਪੋਰਟਸ ਕਲੱਬ ਦੇ ਤਹਿਤ ਰੇਟਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਇਹ ਲੰਗਰ ਦੀ ਸੇਵਾ ਦਾ ਬਹੁਤ ਵਧੀਆ ਉਪਰਾਲਾ ਕੀਤਾ। ਸਾਰੇ ਹੀ ਪਰਿਵਾਰਾਂ ਨੂੰ ਬੇਨਤੀ ਕਰਦੇ ਵੀ ਵੀਰੇ ਕਿਸੇ ਨੇ ਘਰੋਂ ਬਾਹਰ ਨਹੀਂ ਨਿਕਲਣਾ, ਹੱਥਾਂ ਨੂੰ ਵਾਰ ਵਾਰ ਪਾਣੀ ਨਾਲ ਸਾਬਣ ਨਾਲ ਸਾਫ਼ ਕਰੋ, ਨੱਕ ਨੂੰ ਢੱਕ ਕੇ ਰੱਖੋ। ਸਾਡੇ ਸੇਵਾਦਾਰ ਵੀਰੇ ਤੁਹਾਡੇ ਘਰ ਆ ਕੇ ਹੁਣ ਚੱਲ ਕੇ ਆਉਣਗੇ। ਆਪਾਂ ਪ੍ਰਸ਼ਾਸਨ ਦੀ ਉਲੰਘਣਾ ਨਹੀਂ ਕਰਨੀ ਕਿਸੇ ਨੇ, ਸਾਰਿਆਂ ਨੇ ਸਾਨੂੰ ਸਾਥ ਦਿਓ, ਤੁਹਾਡੇ ਸਾਥ ਦੀ ਸਾਨੂੰ ਬਹੁਤ ਜ਼ਰੂਰਤ ਹੈ। ਸਾਰੇ ਪਰਿਵਾਰਾਂ ਨੂੰ ਅਸੀਂ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਵੀਰੇ ਅੰਦਰ ਬੈਠੋ। ਸਾਡੇ ਸੇਵਾਦਾਰ ਵੀਰੇ ਲੰਗਰ ਤੁਹਾਨੂੰ ਤੁਹਾਡੇ ਦਾਰਾਂ ਵਿੱਚ ਤੁਹਾਡੇ ਦਰਸ਼ਨਾਂ ਵਿੱਚ ਪੈ ਕੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਸਤੋ, ਇਸ ਵਕਤ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡ ਪੱਤੋ ਹੀਰਾ ਸਿੰਘ ਵਿੱਚ ਖੜ੍ਹੇ ਹਾਂ, ਜਿਸ ਨੂੰ ਕਿ ਪੱਤੋ ਸ਼ਕੀਨਾ ਦੀ ਵੀ ਕਿਹਾ ਜਾਂਦਾ ਹੈ। ਔਰ ਅੱਜ NRI ਦੀ ਬਦੌਲਤ ਪਿੰਡ ਦੇ ਜਿਹੜੇ ਮੋਹਤਵਾਰ ਨੌਜਵਾਨ ਆ ਉਹ ਅੱਗੇ ਆ ਰਹੇ ਆ ਔਰ ਉਹ ਲੰਗਰ ਦੀ ਸੇਵਾ ਕਰ ਰਹੇ ਆ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਡੇ ਨਾਲ ਜਸਕਰਨ ਸਿੰਘ ਖੜ੍ਹੇ ਨੇ ਅਤੇ ਆਓ ਉਹਨਾਂ ਤੋਂ ਪੁੱਛਦੇ ਹਾਂ, ਜਿਹੜੀ ਤੁਸੀਂ ਇਹ ਲੰਗਰ ਦੀ ਸੇਵਾ ਕਰ ਰਹੇ ਹੋ, ਕਿਸ ਦੀ ਬਦੌਲਤ ਕਰ ਰਹੇ? ਇਹ ਭਾਜੀ ਲੰਗਰ ਦੀ ਪਹਿਲੀ ਤਾਂ ਵੀ ਪਰਮਾਤਮਾ ਦੀ ਕਿਰਪਾ ਆ, ਉਹਦੇ ਬਿਨਾਂ ਕੁਛ ਵੀ ਸੰਭਵ ਨਹੀਂ। ਦੂਜਾ ਸਾਰੇ NRI ਵੀਰਾਂ ਦੇ ਪਿੰਡ ਵਾਸੀਆਂ ਸਾਰਿਆਂ ਦੇ ਸਹਿਯੋਗ ਆ, ਜਿਹੜੇ ਸੇਵਾ ਦੇ ਚਾਹਵਨ ਉਹਨਾਂ ਸਾਰਿਆਂ ਸਹਿਯੋਗ ਨਹੀਂ ਕਰ ਰਹੇ। ਜਿਹੜੀ ਤੁਸੀਂ ਸੇਵਾ ਕਰ ਰਹੇ ਹੋ, ਕੀ ਪ੍ਰਸ਼ਾਸਨ ਵੱਲੋਂ ਇਸ ਦੀ ਕੋਈ ਮਨਜ਼ੂਰੀ ਲਈ ਗਈ? ਹਾਂਜੀ, ਬਕਾਇਦਾ ਮਨਜ਼ੂਰੀ ਲਈ ਗਈ ਹੈ ਵੀਰੇ। ਸਰਪੰਚ ਸਾਹਿਬ ਨੂੰ ਬਕਾਇਦਾ ਮੌਕਾ ਦਿਖਾਇਆ ਗਿਆ ਆ, ਲਿਖ ਕੇ ਦਿੱਤਾ ਗਿਆ ਆ, ਜੋ ਹਦਾਇਤਾਂ ਆ ਪ੍ਰਸ਼ਾਸਨ ਦੀਆਂ ਵੀ ਦੂਰ ਰਹੋ, ਮਾਸਕ ਪਹਿਨੋ, ਗਲਵਜ਼ ਪਹਿਨੋ, ਸਾਰੀਆਂ ਹਦਾਇਤਾਂ ਨੂੰ ਫੋਲੋ ਕਰਕੇ ਫਿਰ ਅਸੀਂ ਇਹ ਕੰਮ ਕਰ ਰਹੇ ਹਾਂ। ਬਕਾਇਦਾ ਮਨਜ਼ੂਰੀ ਲਈ ਗਈ ਜੋ ਤੁਸੀਂ ਸੇਵਾ ਕਰ ਰਹੇ ਹੋ, ਕੀ ਲੋਕ ਵੀ ਤੁਹਾਡਾ ਸਾਥ ਦੇ ਰਹੇ? ਬਹੁਤ ਜ਼ਿਆਦਾ ਜੀ, ਹਰੇਕ ਬੰਦੇ ਨੇ ਵੱਧ ਕੇ ਸਾਥ ਦਿੱਤਾ। ਜਿੱਦੇ ਅਸੀਂ ਸਟਾਰਟ ਕੀਤਾ ਸੀ ਇਹ, ਅਸੀਂ ਜਿੰਨਾ ਅਗਲੇ ਤੋਂ ਐਕਸਪੈਕਟ ਕਰਦੇ ਸੀ ਉਦੋਂ ਦੁੱਗਣਾ ਸਹਿਯੋਗ ਮਿਲਿਆ ਸਾਨੂੰ। ਹਰੇਕ ਵੱਧ ਚੜ੍ਹ ਕੇ ਕਹਿ ਰਿਹਾ ਤੁਸੀਂ ਚੰਗੀਆਂ ਕੰਮ ਕਰ ਰਹੇ ਹਾਂ, ਅਲੱਗ ਜੋ ਕੰਮ ਆ ਤੇ ਹਰੇਕ ਬੰਦਾ ਵੱਧ ਕੇ ਸਹਿਯੋਗ ਲਈ ਵੀ ਅੱਗੇ ਆ ਰਿਹਾ। ਜਿਹੜੀ ਇਹ ਤੁਸੀਂ ਲੰਗਰ ਦੀ ਪ੍ਰਥਾ ਚਲਾ ਦਿੱਤੀ, ਕਿੰਨਾ ਟਾਈਮ ਚੱਲੂਗਾ ਇਹ? ਭਾਜੀ ਹਾਂ, ਪਹਿਲਾ ਟਾਰਗੇਟ ਤਾਂ ਸਾਡਾ ਹੈਗਾ ਆ, ਜਿਵੇਂ ਆਪਣਾ ਲੋਕਡਾਊਨ ਆ 15 ਤਰੀਕ ਤੱਕ, ਵੀ ਉਨੇ ਦਿਨ ਹੀ ਗਰੀਬ ਪਰਿਵਾਰਾਂ ਨੂੰ ਮੁਸ਼ਕਿਲ ਆ ਰਹੀ ਸੀ, ਕੰਮ ਬੰਦ ਹੋ ਗਏ ਆ ਅਤੇ ਉਹਨਾਂ ਨੂੰ ਮੁਸ਼ਕਿਲ ਆ ਰਹੀ ਸੀ ਵੀ ਉਹਨਾਂ ਦੇ ਰਾਸ਼ਨ ਪਾਣੀ ਦੀ, ਅਤੇ 15 ਤਰੀਕ ਤੱਕ ਸਾਡਾ ਪਹਿਲਾ ਟਾਰਗੇਟ ਆ। ਉਹ ਤੋਂ ਬਾਅਦ ਗਵਰਨਮੈਂਟ ਦੀਆਂ ਹਦਾਇਤਾਂ ਨੂੰ ਦੇਖਿਆ ਜਾਊਗਾ ਅਤੇ ਇਹਨੂੰ ਅਸੀਂ ਵਧਾ ਵੀ ਸਕਦੇ। ਦੋਸਤੋ, ਇਸ ਸਮੇਂ ਸਾਡੇ ਨਾਲ ਮੌਜੂਦ ਨੇ ਰਾਈਟਰ ਅਤੇ ਸਿੰਗਰ ਅਜੇ ਸਿੰਘ। ਅਸੀਂ ਉਹਨਾਂ ਤੋਂ ਪੁੱਛਣਾ ਚਾਹਾਂਗੇ ਕਿ ਜਿਹੜੇ ਪਿੰਡ ਦੇ ਜਿਹੜੇ ਨੌਜਵਾਨ ਆ ਉਹ ਲੰਗਰ ਦੀ ਸੇਵਾ ਕਰ ਰਹੇ, ਤੁਸੀਂ ਉਹਨਾਂ ਬਾਰੇ ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਜੀ, ਪਿੰਡ ਦੇ ਨੌਜਵਾਨ ਅਤੇ ਸ਼੍ਰੀ ਭੂਰਵ ਜਿੰਦਰ ਕਾਮਰੇਡ ਸਪੋਰਟਸ ਕਲੱਬ, ਉਹਨਾਂ ਦਾ ਮੈਂ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਗਰੀਬ ਪਰਿਵਾਰਾਂ ਦੀ ਇੰਨੀ ਮਦਦ ਕੀਤੀ, ਇਸ ਲੋੜਵੰਦ ਪਰਿਵਾਰਾਂ ਨੂੰ ਖਾਣ ਨੂੰ ਦੇ ਰਹੇ ਹੈ। 15-20 ਦਿਨ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਜਿਹੜਾ ਬੰਦਾ ਅੱਜ ਹੀ ਕਮਾਉਂਦਾ ਹੈ ਅਤੇ ਅੱਜ ਹੀ ਖਾਂਦਾ ਹੈ, ਉਹੀ ਕਮਾ ਕੇ ਉਹੀ ਖਾਣੀ, ਉਹਨਾਂ ਲਈ ਬਹੁਤ ਮੁਸ਼ਕਿਲ ਹੈ। ਸੋ ਉਹਨਾਂ ਵੱਲੋਂ ਦਿਲੋਂ ਦੁਆਵਾਂ ਹੈ।
ਸੋ ਪਰਮਾਤਮਾ ਇਸ ਕਲੱਬ ਨੂੰ, ਇਸ ਪਿੰਡ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਉਸ ਤੋਂ ਬਾਅਦ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਜੇ ਵੀ ਐਸ ਨਿਊਜ਼ ਦਾ ਮੈਂ ਬਹੁਤ ਜ਼ਿਆਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਆਪਣਾ ਟਾਈਮ 'ਚੋਂ ਟਾਈਮ ਕੱਢ ਕੇ ਬੜੀ ਵਧੀਆ ਸੇਵਾ ਨਿਭਾ ਰਹੇ ਹੈ। ਉਸ ਤੋਂ ਉਪਰੰਤ ਇੱਕ ਪੰਜਾਬ ਨਿਊਜ਼, ਸੋ ਉਹਨਾਂ ਦਾ ਵੀ ਮੈਂ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੋ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੁਹਾਨੂੰ ਜੁੜੇ ਰਹੋ ਜੇ ਵੀ ਇਸ ਟਾਈਮ ਦੇ ਨਾਲ। ਜੇ ਵੀ ਇਸ ਟਾਈਮ ਤੋਂ ਜਗਵੀਰ ਸਿੰਘ ਆਜ਼ਾਦ।